ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਵਰਖਾ ਦੇ ਕਾਰਨ ਮਹਾਰਾਣਾ ਪ੍ਰਤਾਪ ਝੀਲ ਪਾਣੀ ਦਾ ਲੈਵਲ ਵੱਧ ਗਿਆ ਸੀ, ਜਿਸ ਕਰਕੇ ਅਲਰਟ ਘੋਸ਼ਿਤ ਕਰ ਦਿੱਤਾ ਗਿਆ ਸੀ। ਪਰ ਹੁਣ ਹਿਮਾਚਲ ਵਿੱਚ ਵਰਖਾ ਨਾ ਹੋਣ ਕਰਕੇ ਪਾਣੀ ਦਾ ਲੈਵਲ ਖਤਰੇ ਦੇ ਲੈਵਲ ਤੋਂ ਹੇਠਾਂ ਹੋ ਚੁੱਕਿਆ, ਜਿਸ ਕਰਕੇ ਝੀਲ ਤੋਂ ਕੋਈ ਵੀ ਪਾਣੀ ਛੱਡੇ ਜਾਣ ਦੀ ਸੰਭਾਵਨਾ ਨਹੀਂ ਹੈ। ਪਰ ਫਿਰ ਵੀ ਲੋਕਾਂ ਦੀ ਸੇਫਟੀ ਲਈ ਸਾਰੇ ਵਿਭਾਗਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਅਗਰ ਹਿਮਾਚਲ ਵਿੱਚ ਵਰਖਾ ਹੁੰਦੀ ਹੈ ਤਾਂ ਪਾਣੀ ਦਾ ਲੈਵਲ ਵਧਣ ਨਾਲ ਪਾਣੀ ਛੱਡਿਆ ਵੀ ਜਾ ਸਕਦਾ ਹੈ। ਪੌਂਗ ਡੈਮ ਵਿੱਚ ਪਾਣੀ ਦਾ ਸਟੇਟਸ ਬਿਲਕੁਲ ਹੀ ਸਾਮਾਨਿਆ ਹੈ, ਕੋਈ ਵੀ ਕਿਸੇ ਤਰੀਕੇ ਦੀ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਕੱਲ੍ਹ ਅਸੀਂ ਪਰਸਨਲੀ ਵੀ ਪੂਰੀ ਟੀਮ ਦੇ ਨਾਲ ਵਿਜ਼ਿਟ ਕੀਤਾ ਸੀਗਾ, BBMB ਦੇ ਔਫਿਸ਼ਲਸ ਵੀ ਸੀ। ਦੇਖੀਏ, ਇੱਕ ਜਿਹੜਾ ਡਿਸੀਜਨ BMB ਦੀ ਮੈਨੇਜਮੈਂਟ ਨੇ ਲਿੱਤਾ ਸੀਗਾ ਕਿ ਅਸੀਂ ਰਿਲੀਜ਼ ਕਰਾਂਗੇ ਪਾਣੀ 26,000 ਕਿਊਸਿਕਸ, ਔਲਰੇਡੀ ਆਊਟਫਲੋ 12,000 ਕਿਊਸਿਕਸ ਟਰਬਾਈਨ ਸੋ ਚੱਲ ਰਿਹਾ, ਦੈਟ ਇਜ਼ ਅ ਨੋਰਮਲ ਥਿੰਗ। ਜੋ ਉਸ ਤੋਂ ਇਲਾਵਾ 14,000 ਕਿਊਸਿਕਸ ਸਪਿਲਵੇ ਤੋਂ ਛੱਡਣਾ ਸੀ, ਉਹ ਇੱਕ ਕੁਸ਼ਨ ਮੇਨਟੇਨ ਕਰਕੇ ਚੱਲ ਰਹੇ ਹਾਂ ਤਾਂ ਕਿ ਇਮੀਡੀਏਟਲੀ ਇੰਨਾ ਜ਼ਿਆਦਾ ਪਾਣੀ ਨਾ ਛੱਡਿਆ ਜਾਏ। ਅਤੇ ਜੇ ਮੰਨ ਲਓ 20 ਡੇਜ਼ ਬਾਅਦ ਇਸ ਪੂਰੇ ਪੀਰੀਅਡ ਦੇ ਦੌਰਾਨ ਜ਼ਿਆਦਾ ਮੀਂਹ ਪੈਂਦਾ ਅਤੇ ਜ਼ਿਆਦਾ ਲੈਵਲ ਨਾ ਪਾਣੀ ਦਾ ਵਧੇ ਡੈਮ ਵਿੱਚ, ਤਾਂ ਇਸ 'ਤੇ ਉਹ ਇੱਕ ਕੁਸ਼ਨ ਮੇਨਟੇਨ ਕਰਕੇ ਚੱਲ ਰਹੇ ਸੀ। ਬਟ ਲਾਸਟ 2 ਡੇਜ਼ ਤੁਸੀਂ ਦੇਖੋ, ਇਨਫਲੋ ਆਫ ਪਾਣੀ ਪੌਂਗ ਡੈਮ ਵਿੱਚ ਕੱਲ੍ਹ 19,000 ਸੀਗਾ ਅਤੇ ਅੱਜ ਉਹ ਆ ਕੇ 18,000 ਕਿਊਸਿਕਸ 'ਤੇ ਆ ਗਿਆ। ਤਾਂ 12,000 ਤਾਂ ਵੈਸੇ ਟਰਬਾਈਨ 'ਤੇ ਚੱਲ ਹੀ ਰਿਹਾ ਹੈ, ਤੋ ਦੇਅਰਫੋਰ ਇਟਸ ਕੀ ਨੀਡ ਵੀ ਅਫੀਲ ਨਾ ਹੋ। ਤੋ ਅਗਰ ਉਹ ਰਿਲੀਜ਼ ਕੀਤਾ ਵੀ ਜਾਂਦਾ ਹੈ ਤਾਂ ਫਿਰ ਵੀ ਉਸ ਵਿੱਚ ਵੀ ਕੋਈ ਵੀ ਫਰਕ ਨਹੀਂ ਪਏਗਾ, ਕੋਈ ਵੀ ਪਿੰਡਾਂ ਵਿੱਚ ਕਿਸੇ ਵੀ ਤਰੀਕੇ ਦਾ ਇਸਦਾ ਪ੍ਰਭਾਵ ਨਹੀਂ ਪੜੇਗਾ। ਐਂਡ ਅਸੀਂ ਸਾਰੇ ਆਪਣੇ ਸਿਵਲ ਔਫਿਸਰਸ ਹੈ, ਉਹਨਾਂ ਦੀ ਟੀਮ ਵੀ ਤਿਆਰ ਰੱਖੀ ਹੋਈ ਹੈ। ਬਟ ਕਿਉਂਕਿ ਇਨਫਲੋ ਹੈ ਹੀ ਇੰਨਾ ਕੰਮ ਹੁਣ, ਅਤੇ ਇਸਦਾ ਛੱਡਣ ਦੇ ਜ਼ਰੂਰੀ ਨਹੀਂ ਹੈ ਕਿ ਉਸਦਾ ਸਿਚੁਏਸ਼ਨ ਬਣੇ ਹੀ ਬਣੇ। ਬਟ ਇਹ ਕੀ ਜਿਹੜਾ ਇਹਨਾਂ ਦਾ ਡਿਸੀਜਨ ਸੀਗਾ, ਉਹ ਇੱਕ ਪ੍ਰੀਵੈਂਟਿਵ ਡਿਸੀਜਨ ਸੀ, ਤਾਂ ਕਿ ਹਮੇਸ਼ਾ ਇਹ ਹੁੰਦਾ ਨਾ ਕਿ ਫੇਸਡ ਮੈਨਰ 'ਚ ਪਾਣੀ ਛੱਡਿਆ ਜਾਏ, ਇਮੀਡੀਏਟਲੀ ਜ਼ਿਆਦਾ ਨਾਲ ਛੱਡਿਆ ਜਾਏ। ਬਟ ਅਭੀ ਕਿਉਂਕਿ ਇਨਫਲੋ 18,000 ਹੋ ਗਿਆ ਹੈ ਔਰ 12,000 ਟਰਬਾਈਨ ਸੋ ਵੈਸੇ ਹੀ ਰੂਟੀਨ 'ਚ ਰੈਗੂਲਰਲੀ ਚੱਲ ਰਿਹਾ, ਤਾਂ ਇਸ ਲਈ ਕੋਈ ਨੀਡ ਨਹੀਂ ਹੋਗੀ। ਬਟ ਅਗਰ ਨੀਡ ਫੀਲ ਵੀ ਹੁੰਦੀ ਹੈ, ਫਿਰ ਵੀ ਇਸ ਵਿੱਚ ਕੋਈ ਵੀ ਫਲੱਡ ਲਾਈਕ ਸਿਚੁਏਸ਼ਨ ਸਾਡੇ ਡਿਸਟ੍ਰਿਕਟ ਵਿੱਚ ਉਤਪੰਨ ਨਹੀਂ ਹੋ ਸਕਦੀ ਹੈ। ਰੂਸਕੁਪ ਦੇ ਲਈ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਇਹ ਰਿਪੋਰਟ।